वाले भी जड़े ने बेंगे हुए पे ने ढह ढेरी होने की कंडीशन ची तुम डर नहीं लगता इतने पैंदे हो जो तुम नहीं जी वड्डा दिल करके पै जाने भी चलो जे कोई परमात्मा अब्बल तो मेरी कर दे मैं जी लेबर का कम कर दे हाँ जी मैं पढ़ाई नहीं की इस करके मैं लेबर का कम करना पै जी हाँ जी ते हुण बजुर्ग हो गए उम्र हो गई है ते कम भी नहीं हमेशा लत्तां बाहां दर्द कर दिया रहिंदियां रे दवाई वास्ते पैसे भी नहीं ज्यादा होंदे मेहनत करदे रहे तुसीं हाँ जी आए मेरा मोढा हथ लग के देखो इहनू ਉਮੋ ਬਣ ਗਿਆ ਸੀ ਵੱਡਾ ਸਾਰਾ ਹਾਂਜੀ ਜਿਆਦਾ ਦਬਾ ਕੇ ਦੇਖੋ ਹਾਂਜੀ ਹਾਂ ਬਣਿਆ ਹੋਇਆ ਹੁਣ ਵੀ ਹਾਂਜੀ ਇਹ ਕਿਉਂ ਬਣ ਗਿਆ ਇਹ ਲੋਹਾ ਚੁੱਕ ਚੁੱਕ ਕੇ ਸਰਕਾਰ ਨੇ ਕੋਈ ਮਦਦ ਕੀਤੀ ਤੁਹਾਡੀ ਕੋਈ ਨਹੀਂ ਨਹੀਂ ਸਰਕਾਰ ਨੇ ਕੁਝ ਨਹੀਂ ਮਦਦ ਕੀਤੀ ਸਾਡੀ ਪੈਨਸ਼ਨ ਦਾ 2000 ਭਰਨਾ ਸੀ ਕਾਪੀ ਲੈਣ ਵਾਸਤੇ ਹਜ਼ਾਰ 1000 ਇਹਨਾਂ ਦਾ 1000 ਮੇਰਾ ਉਹ ਸਾਡੇ ਕੋਲੋਂ ਪੈਸੇ ਨਹੀਂ ਬਣੇ ਬੈਂਕ ਦਾ ਖਾਤਾ ਖੁਲਾਉਣਾ ਸੀਗਾ ਹਾਂਜੀ ਬੈਂਕ ਦੇ ਖਾਤੇ ਵਾਸਤੇ 2000 ਮੰਗਦੇ ਸੀਗੇ ਹਾਂਜੀ ਉਹ ਵੀ ਨਹੀਂ ਭਰਾ ਹੋਇਆ ਨਹੀਂ ਜੀ ਭਰਾ ਬੈਂਕ ਦਾ ਖਾਤਾ ਵੀ ਨਹੀਂ ਖੁੱਲਿਆ ਨਹੀਂ ਜੀ बहुत सारे साडे लोक जिहड़े मददगार हुंदे ने तुहाडी कोई इह काम दे विच कि तुहाडा गुजारा ठीक ढंग नाल चल जावे चाहे चाह दा ही काम तुसीं कर लो किसी शहर दे विच जां जगह तुहानूं मिल जावे तां तुसीं कर लोगे फिर कर लांगे जी हां जी पक्का कर लांगे ठंड च मुश्किल नहीं होने वाली ठंड का कोई ताकी नहीं दरवाजा नहीं हवा मुश्किल दो कंबल जोड़ लेने कपड़े जोड़ दे जी वो फिर असीं बह जांदे मैं बाहर पैंदा बाहर पै जाते कदी अंदर पै जाते ठंड आउंदी इधरों भी आउंदी इधरों भी आउंदी आ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਬੀਰ ਸਿੰਘ ਰਾਣਾ ਅਤੇ ਹਮੇਸ਼ਾ ਹੀ ਤੁਹਾਨੂੰ ਬਹੁਤ ਸਾਰੇ ਲੋਕਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ ਪਰ ਇੱਕ ਅਜਿਹੀ ਦਾਸਤਾਨ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਨੂੰ ਵੀ ਉਸ ਕਹਾਣੀ ਦਾ ਜਦੋਂ ਪਤਾ ਲੱਗਿਆ ਤਾਂ ਅਸੀਂ ਉਹਨਾਂ ਕੋਲ ਪਹੁੰਚੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਵਰਗ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਥੋੜ੍ਹੇ ਥੋੜ੍ਹੇ ਪੈਸਿਆਂ ਕਰਕੇ ਆਰਥਿਕ ਪੱਖੋਂ ਪਛੜੇ ਹੋਏ ਨੇ ਅਤੇ ਇੱਕ ਅਜਿਹੀ ਹੀ ਕਹਾਣੀ ਹੈ ਚਰਨਜੀਤ ਸਿੰਘ ਹੋਰਾਂ ਦੀ ਪਿੰਡ ਖੁੰਮਣਾ ਅਮਲੋਹ ਦੇ ਨੇੜੇ ਖੰਨੇ ਦੇ ਨੇੜੇ ਇਹ ਪਿੰਡ ਹੈ ਖੁੰਮਣਾ ਜਿੱਥੇ ਅਸੀਂ ਬੈਠੇ ਹਾਂ ਅਤੇ ਇੱਕ ਥੋੜ੍ਹਾ ਜਿਹਾ ਕਮਰਾ ਪਹਿਲਾਂ ਦਿਖਾ ਦਿੰਦੇ ਹਾਂ ਇਹ ਕਮਰਾ ਹੈ ਇੱਕ ਕਮਰੇ ਦੇ ਵਿੱਚ ਇਹ ਰਹਿੰਦੇ ਨੇ ਦੋਨੇ ਬਜ਼ੁਰਗ ਅਤੇ ਛੱਤ ਜਿਹੜੀ ਹੈ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਉਹਦੇ ਹਾਲਾਤ ਕੀ ਨੇ ਇਸ ਢੰਗ ਦੇ ਨਾਲ ਛੱਤ ਡਿੱਗੀ ਪਈ ਹੈ ਅਤੇ ਪੂਰੀ ਛੱਤ ਵੀ ਕਦੋਂ ਡਿੱਗ ਜਾਵੇ ਇਹ ਵੀ ਕਹਿ ਨਹੀਂ ਸਕਦੇ ਨਾ ਕੋਈ ਤਾਕੀ ਹੈ ਇਸ ਕਮਰੇ ਨੂੰ ਨਾ ਕੋਈ ਦਰਵਾਜ਼ਾ ਹੈ ਇਸ ਕਮਰੇ ਦਾ ਨਾ ਕੋਈ ਫਰਸ਼ ਪਿਆ ਹੈ ਇਸ ਕਮਰੇ ਦਾ ਇੱਕੋ ਕਮਰਾ ਹੈ ਵਿੱਚ ਹੀ ਰਸੋਈ ਹੈ ਕੋਈ ਬਾਥਰੂਮ ਨਹੀਂ ਕੋਈ ਲੈਟਰੀਨ ਨਹੀਂ ਦਰਵਾਜ਼ਾ ਵੀ ਨਹੀਂ ਲੱਗਿਆ ਹੋਇਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੀ ਸ਼ੁਰੂਆਤ ਹੋ ਜਾਣੀ ਹੈ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਤਾਂ ਕਿਵੇਂ ਇਹ ਪਰਿਵਾਰ ਜਿਹੜਾ ਉਹ ਗੁਜ਼ਾਰਾ ਕਰੂਗਾ ਤਾਂ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਚਰਨਜੀਤ ਸਿੰਘ ਜੀ ਇਹੀ ਕਮਰਾ ਹੈ ਜਿੱਥੇ ਤੁਸੀਂ ਰਹਿੰਦੇ ਹੋ ਇੱਕੋ ਹੀ ਕਮਰਾ ਹੈ ਤੁਹਾਡੇ ਕੋਲ ਕਮਰਾ ਜੀ ਹਾਂਜੀ ਇੱਕ ਹੀ ਕਮਰਾ ਜਿੱਥੇ ਅਸੀਂ ਰਹਿੰਦੇ ਹਾਂ ਅੱਛਾ ਇਹ ਛੱਤ ਕਿਵੇਂ ਢਹਿ ਗਈ ਛੱਤ ਬਾਰਿਸ਼ਾਂ ਕਰਕੇ ਕੱਚੀ ਛੱਤ ਸੀ ਟਾਇਲ ਤੇ ਬਾਲੇ ਸੀਗੇ ਸਫੈਦੇ ਦੇ ਉਹ ਬਾਰਿਸ਼ ਹੋਣ ਕਰਕੇ ਫਿਰ ਨਾ ਇਹਦੀ ਦੇਖਭਾਲ ਹੁੰਦੇ ਅਸੀਂ ਬਾਹਰ ਚਲੇ ਗਏ ਤੇ ਇਹ ਫਿਰ ਬਾਲੇ ਵਿੰਗੇ ਹੋ ਗਏ ਆ ਛੱਤ ਦੇ ਕਾਫੀ ਪੁਰਾਣਾ ਇਹ ਮਕਾਨ ਵੀ ਤੁਹਾਡਾ ਕਮਰਾ ਜਿਹੜਾ ਹੈ ਹਾਂਜੀ 20 ਸਾਲ ਹੋ ਗਏ ਅੱਛਾ ਉਦੋਂ ਬਣਾਇਆ ਸੀਗਾ ਉਦੋਂ ਬਣਾਇਆ ਸੀ ਤੇ ਉਦੋਂ ਤੋਂ ਬਾਅਦ 20 ਸਾਲ ਤਾਂ ਹੁਣ ਇਹ ਮੈਂ ਦੇਖ ਵੀ ਰਿਹਾ ਕਿ ਬਾਲੇ ਵੀ ਜਿਹੜੇ ਨੇ ਉਹ ਵਿੰਗੇ ਹੋਏ ਪਏ ਨੇ ਢਹਿ ਢੇਰੀ ਹੋਣ ਦੀ ਕੰਡੀਸ਼ਨ 'ਚ ਹੀ ਆ ਤੁਹਾਨੂੰ ਡਰ ਨਹੀਂ ਲੱਗਦਾ ਇੱਥੇ ਪੈਂਦੇ ਹੋ ਜਦੋਂ ਤੁਸੀਂ ਨਹੀਂ ਜੀ ਵੱਡਾ ਦਿਲ ਕਰਕੇ ਪੈ ਜਾਂਦੇ ਹਾਂ ਵੀ ਚਲੋ ਜੇ ਕੋਈ ਪਰਮਾਤਮਾ ਅੱਬਲ ਤਾਂ ਮੇਰੀ ਕਰਦਾ ਅਜੇ ਤੱਕ ਕੋਈ ਨਹੀਂ ਉੱਥੋਂ ਹੀ ਬਸ ਡਿੱਗੇ ਨੇ ਜਿੱਥੋਂ ਪਹਿਲੇ ਪਹਿਲੇ ਡਿੱਗੇ ਨੇ ਓਕੇ ਹਾਂਜੀ ਅਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਲੇਬਰ ਦਾ ਕੰਮ ਕਰਦਾ ਹਾਂਜੀ ਮੈਂ ਪੜ੍ਹਾਈ ਨਹੀਂ ਕੀਤੀ ਇਸ ਕਰਕੇ ਮੈਨੂੰ ਲੇਬਰ ਦਾ ਕੰਮ ਕਰਨਾ ਪਿਆ ਜੀ ਹਾਂਜੀ ਅਤੇ ਹੁਣ ਬਜ਼ੁਰਗ ਹੋ ਗਏ ਉਮਰ ਹੋ ਗਈ ਹੈ ਅਤੇ ਕੰਮ ਵੀ ਨਹੀਂ ਹਮੇਸ਼ਾ ਲੱਤਾਂ ਬਾਹਾਂ ਦਰਦ ਕਰਦੀਆਂ ਰਹਿੰਦੀਆਂ ਨੇ ਦਵਾਈ ਵਾਸਤੇ ਪੈਸੇ ਵੀ ਨਹੀਂ ਜ਼ਿਆਦਾ ਹੁੰਦੇ ਅੱਛਾ ਕੀ ਕੰਮ ਕਰਦੇ ਰਹੇ ਤੁਸੀਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਜੀ ਫੈਕਟਰੀ 'ਚ ਕੰਮ ਕਰਦਾ ਸੀਗਾ ਪਹਿਲਾਂ ਸੰਨੀ ਦਾ ਕੰਮ ਕਰਦਾ ਸੀ ਜਿਹੜਾ ਗਰਮ ਮਾਲ ਕਰਕੇ ਅਤੇ ਸਰੀਆ ਤਿਆਰ ਹੁੰਦਾ ਉਹ ਕਿਹੜੀ ਜਗ੍ਹਾ
ਉਹ ਮੰਡੀ ਗੋਬਿੰਦਗੜ੍ਹੀ ਸੀ। ਉਸ ਤੋਂ ਬਾਅਦ ਫਿਰ ਮੈਂ ਉਹ ਛੱਡਤਾ, ਮੇਥੋਂ ਸੇਕ ਨਹੀਂ ਸੀ ਚੱਲਿਆ ਜਾਂਦਾ, ਅਤੇ ਫਿਰ ਮੈਂ ਲੋਹਾ ਚੁੱਕਣ ਦਾ, ਗੱਡੀਆਂ ਭਰਨ ਦਾ ਅਤੇ ਖਾਲੀ ਕਰਨ ਦਾ ਕੰਮ ਕੀਤਾ। ਮਿਹਨਤ ਕਰਦੇ ਰਹੇ ਤੁਸੀਂ? ਹਾਂਜੀ, ਆਹ ਮੇਰਾ ਮੋਢਾ, ਹੱਥ ਲਾ ਕੇ ਦੇਖੋ, ਇਹਨੂੰ ਗੁੰਮ ਬਣ ਗਿਆ ਸੀ ਵੱਡਾ ਸਾਰਾ। ਹਾਂਜੀ, ਜ਼ਿਆਦਾ ਦਬਾ ਕੇ ਦੇਖੋ। ਹਾਂਜੀ, ਬਣਿਆ ਹੋਇਆ ਹੁਣ ਵੀ? ਹਾਂਜੀ। ਇਹ ਕਿਉਂ ਬਣ ਗਿਆ? ਇਹ ਲੋਹਾ ਚੁੱਕ ਚੁੱਕ ਕੇ। ਹਾਂਜੀ, ਲੋਹਾ ਚੁੱਕ ਕੇ ਮੋਢੇ ਤੇ ਰੱਖਣਾ ਪੈਂਦਾ ਹੁਣ, ਜਿਵੇਂ ਬੈਲ ਦੇ ਕੰਨਾਂ ਪੈ ਜਾਂਦਾ ਇਸੇ ਤਰ੍ਹਾਂ ਦੋਵਾਂ ਸਾਈਡਾਂ ਤੇ ਸੀ। ਮੈਂ ਫਿਰ ਉਸ ਤੋਂ ਬਾਅਦ ਕੀ ਕੰਮ ਕਰਨ ਲੱਗੇ ਤੁਸੀਂ? ਉਸ ਤੋਂ ਬਾਅਦ ਫਿਰ ਮੰਡੀ ਗੋਬਿੰਦਗੜ੍ਹ ਛੱਡ ਕੇ ਅਸੀਂ ਲੁਧਿਆਣੇ ਚਲੇ ਗਏ। ਉੱਥੇ ਲੜਕਾ ਵੀ ਫੈਕਟਰੀ 'ਚ 1000-1200 ਤਨਖਾਹ ਲੈਣ ਲੱਗ ਗਿਆ, ਇਹ ਵੀ ਲੱਗ ਗਏ। ਤੁਹਾਡੇ ਧਰਮ ਪਤਨੀ ਵੀ, ਤੁਸੀਂ ਵੀ ਕੰਮ ਕਰਨ ਲੱਗ ਗਏ? ਇਹ ਕੀ ਕੰਮ ਕਰਨ ਲੱਗ ਗਏ? ਇਹ ਵੀ ਮੈਂ ਨੱਟ ਨੋਟ ਪੈਕ ਕਰਦੇ ਸੀ ਫੈਕਟਰੀ 'ਚ। ਫੈਕਟਰੀ 'ਚ ਲੱਗ ਗਏ? ਹਾਂਜੀ ਹਾਂਜੀ। ਤੇ ਤੁਸੀਂ ਕੀ ਕਰਦੇ ਸੀ ਫਿਰ? ਮੈਂ ਚਾਹ ਦਾ ਵੀ ਕੰਮ ਕਰਦਾ ਸੀ ਤੇ ਚੁੰਗੀ ਤੇ ਗਿਆ ਜੀ। ਉੱਥੇ ਜਿਹੜੀਆਂ ਮਾਰਵਲ ਦੀਆਂ ਗੱਡੀਆਂ ਆਉਂਦੀਆਂ ਨੇ ਉਹ ਬੜਾ ਖਤਰੇ ਵਾਲਾ ਕੰਮ ਸੀ, ਪਰ ਅਸੀਂ ਕਰ ਜਾਂਦੇ ਸੀਗੇ। ਅਸੀਂ 6-7 ਬੰਦਿਆਂ ਦਾ ਸਾਡਾ ਗਰੁੱਪ ਸੀਗਾ। ਅਸੀਂ ਫਿਰ ਉਹ ਮਾਰਵਲ ਐਡੀਆਂ ਐਡੀਆਂ ਵੱਡੀਆਂ ਸਲਾਈਡਾਂ ਤੁਸੀਂ ਦੇਖੀਆਂ ਹੋਣੀਆਂ ਨੇ, ਉਹ ਅਸੀਂ ਚੱਕ ਕੇ ਤੁਹਾਡੀ ਦੁਕਾਨ ਤੋਂ ਜਾਂ ਸਰਦਾਰ ਜੀ ਦੀ ਦੁਕਾਨ ਤੋਂ ਜਿਵੇਂ ਲਾ ਲਿਆ। ਬਹੁਤ ਮਿਹਨਤ ਕੀਤੀ ਤੁਸੀਂ? ਮਿਹਨਤ ਕੀਤੀ ਜੀ, ਮੈਂ ਚਾਹ ਦਾ ਕੰਮ ਕੀਤਾ, ਨਾਲ ਤੁਸੀਂ ਦੱਸ ਰਹੇ ਹੋ ਕਿ ਇਹ ਵੀ ਮਜ਼ਦੂਰੀ ਦਾ ਵੀ ਕੀਤਾ, ਫਿਰ ਲੋਹੇ ਦਾ ਵੀ ਕੀਤਾ, ਤੁਹਾਡੇ ਪਤਨੀ ਜਿਹੜੇ ਉਹ ਵੀ ਫਿਰ ਧਾਗੇ ਵਾਲੀ ਫੈਕਟਰੀ 'ਚ ਜਾਂ ਦੂਜੀ ਫੈਕਟਰੀ 'ਚ ਜਾਂਦੇ ਰਹੇ। ਹਾਂਜੀ, ਸਵੇਰੇ 5 ਵਜੇ ਜਾਂਦੇ ਸੀ ਅਤੇ ਰਾਤ ਨੂੰ 12-14 ਘੰਟੇ ਡਿਊਟੀ ਸੀ ਅਤੇ 2 ਘੰਟੇ ਅਪ ਡਾਊਨ ਨੂੰ ਲੱਗ ਜਾਂਦੇ ਸੀ। ਲੁਧਿਆਣੇ ਫਿਰ ਤੁਸੀਂ ਕਿਰਾਏ 'ਤੇ ਰਹਿੰਦੇ ਸੀ? ਕਿਰਾਏ 'ਤੇ ਸੀ ਹਾਂਜੀ, ਜਿਹੜੇ 20 ਸਾਲ ਕੱਟੇ ਨੇ, 18-20 ਸਾਲ ਕਿਰਾਏ 'ਤੇ ਹੀ ਰਹੇ ਹੈ ਜੀ। ਅੱਛਾ, ਫਿਰ ਹੁਣ ਇੱਥੇ ਕਦੋਂ ਵਾਪਸ ਆਏ ਤੁਸੀਂ ਇਸ ਪਿੰਡ 'ਚ? ਇੱਥੇ ਲੋਕਡਾਊਨ 'ਚ ਆਏ। ਲੋਕਡਾਊਨ 'ਚ ਆ ਗਏ? ਲੋਕਡਾਊਨ 'ਚ ਆ ਗਏ, ਕੰਮ ਹੈ ਨਹੀਂ ਸੀ, ਕਰਫਿਊ ਲੱਗ ਗਿਆ ਸੀ। ਖਾਣਾ ਕਿੱਥੋਂ ਸੀਗਾ, ਕੋਈ ਨਹੀਂ ਦਿੰਦਾ ਸ਼ਹਿਰ 'ਚ ਕਿਸੇ ਨੂੰ। ਫਿਰ ਇੱਥੇ ਤੇ ਸਾਡੇ ਆ ਭੈਣ ਭਰਾ ਹੈਗੇ ਸੀਗੇ, ਮਦਦ ਕਰ ਦਿੰਦੇ ਸੀ, ਚਲੋ ਰੋਟੀ ਦਾ ਸਹਾਰਾ ਚੱਲ ਗਿਆ। ਫਿਰ ਤੁਸੀਂ ਲੁਧਿਆਣੇ ਤੋਂ ਇੱਥੇ ਇਸ ਕਮਰੇ 'ਚ ਜਿਹੜਾ ਤੁਸੀਂ 20 ਸਾਲ ਪਹਿਲਾਂ ਬਣਾਇਆ ਸੀਗਾ ਉੱਥੇ ਵਾਪਸ ਆ ਗਏ, ਤੇ ਪਰ ਇਹਦੀ ਕੰਡੀਸ਼ਨ ਬਹੁਤ ਮਾੜੀ ਆ। ਮਾੜੀ ਜੀ, ਹਾਂਜੀ। ਤੇ ਹੁਣ ਕੰਮ ਵੀ ਨਹੀਂ ਕੋਈ ਹੁੰਦਾ ਤੁਹਾਨੂੰ? ਨਾ ਜੀ, ਹੁਣ ਮੈਂ ਨਹੀਂ ਕਰ ਸਕਦਾ। ਤੁਹਾਨੂੰ ਦੱਸਿਆ ਕਿ 1947 ਦਾ ਜਨਮ ਹੈ ਪਾਕਿਸਤਾਨ ਦਾ, 70-72 ਸਾਲ ਉਮਰ ਹੋ ਗਈ ਆ। ਬੱਚੇ ਕੀ ਕਰਦੇ ਨੇ ਤੁਹਾਡੇ, ਕੌਣ ਕੌਣ ਹੈ ਪਰਿਵਾਰ? ਡਰਾਈਵਰੀ ਕਰਦਾ ਜੀ, ਉਹਦੇ 2 ਬੱਚੇ ਨੇ ਤੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਕਿਰਾਇਆ ਵੀ ਦਿੰਦੇ ਨੇ। 10-12 ਹਜ਼ਾਰ ਤਨਖਾਹ ਹੁੰਦੀ ਡਰਾਈਵਰ ਦੀ, ਤੁਹਾਨੂੰ ਪਤਾ ਹੀ ਹੈ, ਤੇ ਸਾਨੂੰ ਵਿਚਾਰਾ ਕੀ ਦਊਗਾ ਬੇਟਾ ਸਾਡਾ, ਜੋ ਆਪਣੇ ਪਰਿਵਾਰ ਦਾ ਵੀ ਪਾਲਣ ਪੋਸ਼ਣ। ਹਾਂਜੀ ਠੀਕ ਹੈ। ਤੇ ਕੋਈ ਐਬ ਸੀ ਤੁਹਾਨੂੰ ਕੋਈ, ਜਾਂ ਕੋਈ ਮਿਹਨਤ ਮਜ਼ਦੂਰੀ ਕਰਕੇ ਪੈਸੇ ਨਹੀਂ ਜੁੜੇ ਹੈਗੇ? ਨਹੀਂ ਜੀ, ਨਹੀਂ ਨਹੀਂ, ਮੈਨੂੰ ਕੋਈ ਐਬ ਨਹੀਂ। ਮੈਂ ਕੋਈ ਵੀ ਐਸਾ, ਉਸ ਟਾਈਮ ਤਨਖਾਹ ਮੇਰੀ 2700 ਰੁਪਈਆ ਸੀਗਾ, 12 ਘੰਟੇ ਡਿਊਟੀ ਕਰਕੇ 2700 ਰੁਪਈਆ ਮਿਲਦਾ ਸੀਗਾ, ਤੇ ਇਹਨਾਂ ਦੀ ਵੀ ਦਿਹਾੜੀ ਹੀ ਹੁੰਦੀ ਸੀ। ਕਿੰਨੀ ਕੁ ਹੁੰਦੀ ਸੀ ਉਸ ਟਾਈਮ? ਦਿਹਾੜੀ ਵੀ ਘੱਟ ਹੁੰਦੀ ਸੀ ਜੀ, 100-125 150 ਹੱਦ ਬਣਦਾ ਸੀਗਾ। ਤੇ 3 ਬੱਚੇ ਸਾਰੀ ਉਮਰ ਕੰਮ ਕਰਦੇ ਰਹੇ ਫਿਰ ਤੁਸੀਂ? ਮੈਂ ਸਾਰੀ ਉਮਰ ਕੰਮ ਕੀਤਾ ਜੀ। ਮੈਂ ਜਦੋਂ ਜਵਾਨ ਹੋਇਆ ਤੇ ਉਸ ਤੋਂ ਮੈਂ ਫਿਰ ਕੰਮ ਹੀ ਕਰਨਾ ਸ਼ੁਰੂ ਕਰਤਾ, ਲੇਬਰ ਦਾ ਕੰਮ ਹੀ ਕੀਤਾ, ਕਦੇ ਰਾਜਾ ਮਿਸਤਰੀਆਂ ਨਾਲ, ਕਦੇ ਫੈਕਟਰੀ 'ਚ, ਕਦੇ ਵੀ ਜਿੱਥੇ ਵੀ ਮੈਨੂੰ ਕੰਮ ਮਿਲਿਆ ਮੈਂ ਛੱਡਿਆ ਨਹੀਂ ਗਾ, ਕੰਮ ਹੀ ਕਰਦਾ ਰਿਹਾ ਜੀ। ਹੁਣ ਕਿਉਂਕਿ ਜਿਹਾ ਜਿਹਾ ਇਹ ਘਰ ਹੈ, ਇਹ ਘਰ ਰਹਿਣ ਯੋਗ ਨਹੀਂ ਹੈਗਾ, ਮਤਲਬ ਛੱਤ ਡਿੱਗੀ ਹੋਈ ਹੈ, ਬਾਥਰੂਮ ਹੈ ਨਹੀਂ, ਫਿਰ ਕਿਵੇਂ ਸਾਰਦੇ ਹੋ ਤੁਸੀਂ ਐਵੇਂ? ਫਿਰ ਮੈਂ ਤਾਂ ਖੇਤਾਂ 'ਚ ਚਲੇ ਜਾਂਦਾ ਅਤੇ ਇਹ ਇਹਨਾਂ ਦੇ ਸਾਡੇ ਜਿਹੜੇ ਭਰਾ ਨੇ ਉਹਨਾਂ ਵੱਲ ਚਲੇ ਜਾਂਦੇ। ਮੈਂ ਤਾਂ ਸਵੇਰੇ ਉੱਠਣਾ 5 ਵਜੇ ਉੱਠ ਕੇ ਵਾਹਿਗੁਰੂ ਕਹਿੰਦੇ ਹਾਂ, ਅਤੇ ਫਿਰ ਇਸ ਨਹਾਉਣ ਧੋਣ ਦਾ ਵੀ ਔਖਾ, ਬਾਥਰੂਮ ਵੀ ਨਹੀਂ। ਜਦੋਂ ਅਸੀਂ ਮੋਟਰਾਂ ਦੇਖ, ਮੈਂ ਤਾਂ ਮੋਟਰਾਂ ਦੇਖ ਲੈਂਦਾ ਵੀ ਇੱਕ ਮੋਟਰ ਕਿਸੇ ਦੀ ਵੀ ਚੱਲਦੀ ਆ, ਟਿਊਬਵੈੱਲ ਵਗੈਰਾ, ਅਤੇ ਉੱਥੇ ਇਸ਼ਨਾਨ ਪਾਣੀ ਕਰ ਲੈਂਦੇ ਹਾਂ। ਇਹ ਇੱਥੇ ਬਾਲਟੀ ਭਰ ਕੇ, ਜਿਵੇਂ ਇਹਨਾਂ ਦਾ ਬਾਥਰੂਮ ਹੈ ਉੱਧਰ, ਬਾਥਰੂਮ ਨਾਲ ਗਵੰਡੀਆਂ ਦਾ ਜਾਂ ਭਰਾਵਾਂ ਦਾ ਜਿਹੜਾ ਯੂਜ਼ ਕਰ। ਕਿੰਨੇ ਭਰਾ ਸੀ ਤੁਸੀਂ? ਅਸੀਂ 8 ਭਰਾ ਜੀ। ਅੱਛਾ, 8 ਭਰਾ? ਹਾਂਜੀ। ਤੇ ਉਹ ਹੋਰ ਆਪਣਾ ਆਪਣਾ ਕੰਮ ਕਰਦੇ ਨੇ ਸਾਰੇ? ਸਾਰੇ ਆਪਣਾ ਆਪਣਾ ਕੰਮ ਕਰਦੇ ਜੀ। ਅਸੀਂ 3 ਭਰਾ ਇੱਥੇ ਹਾਂ, ਇਹ ਵੱਡੇ ਭਾਈ ਸਾਹਿਬ ਨੇ, ਇਹ ਪੂਰੇ ਹੋ ਗਏ ਸੀਗੇ। ਅਤੇ ਉਹ ਜਿਨ੍ਹਾਂ ਦੀ ਕਮਰਾ ਬਹੁਤ ਡੂੰਘਾ ਆ, ਉਹ ਮੇਰੇ ਛੋਟੇ ਨੇ, ਉਹ ਵੀ ਬਹੁਤ ਗਰੀਬ ਆ। ਅੱਛਾ, ਸਰਕਾਰ ਨੇ ਕੋਈ ਮਦਦ ਕੀਤੀ ਤੁਹਾਡੀ? ਕੋਈ ਨਹੀਂ, ਨਹੀਂ, ਸਰਕਾਰ ਨੇ ਕੁਛ ਨਹੀਂ ਮਦਦ ਕੀਤੀ ਸਾਡੀ, ਕੋਈ ਵੀ ਕਦੇ ਕੋਈ ਸਰਕਾਰ ਨੇ ਕੋਈ ਗੱਲ ਕੀਤੀ ਹੋਵੇ, ਨਹੀਂ ਜੀ। ਕੋਈ ਪੈਨਸ਼ਨ ਲੱਗੀ ਤੁਹਾਨੂੰ, ਬੁਢਾਪਾ ਪੈਨਸ਼ਨ, ਕਿਉਂਕਿ ਤੁਹਾਡੀ 70 ਸਾਲ ਤੋਂ 72 ਸਾਲ ਉਮਰ ਹੋ ਗਈ? ਨਹੀਂ ਜੀ, ਨਹੀਂ, ਮੇਰੀ ਕੋਈ ਪੈਨਸ਼ਨ ਨਹੀਂ। ਵੀ ਪੈਨਸ਼ਨ ਦਾ 2000 ਭਰਨਾ ਸੀ ਕਾਪੀ ਲੈਣ ਵਾਸਤੇ, 1000 ਇਹਨਾਂ ਦਾ, 1000 ਮੇਰਾ, ਉਹ ਸਾਡੇ ਕੋਲੋਂ ਪੈਸੇ ਨਹੀਂ ਬਣੇ। ਅੱਛਾ, ਬੈਂਕ ਦਾ ਖਾਤਾ ਖੁਲਾਉਣਾ ਸੀਗਾ? ਹਾਂਜੀ, ਬੈਂਕ ਦੇ ਖਾਤੇ ਵਾਸਤੇ 2000 ਮੰਗਦੇ ਸੀਗੇ। ਹਾਂਜੀ, ਉਹ ਵੀ ਨਹੀਂ ਭਰਾ ਹੋਇਆ? ਨਹੀਂ ਜੀ, ਭਰਾ ਹੋਇਆ। ਬੈਂਕ ਦਾ ਖਾਤਾ ਵੀ ਨਹੀਂ ਖੋਲਿਆ? ਨਹੀਂ ਜੀ।
ਜਿਹੜੀ 7,750 ਪੈਨਸ਼ਨ ਉਹ ਵੀ ਨਹੀਂ ਲੱਗੀ ਹੋਈ ਤੁਹਾਨੂੰ? ਨਹੀਂ ਜੀ ਲੱਗੀ। 60 ਸਾਲ ਤੋਂ ਉੱਪਰ ਤਾਂ ਕਹਿੰਦੇ ਲੱਗਦੀ ਹੈ ਨਾ ਜਿਹੜੀ ਪੈਨਸ਼ਨ ਹੈ ਸਰਕਾਰ ਦੇ? ਅੱਛਾ, ਕੱਚੇ ਮਕਾਨਾਂ ਵਾਸਤੇ ਵੀ ਜਾਂ ਜੇ ਢਹਿੰਦੇ ਨੇ ਤਾਂ ਵੀ ਸਰਕਾਰ ਦਿੰਦੀ ਆ ਕੁਛ, ਉਹ ਵੀ ਨੀ ਤੁਹਾਨੂੰ ਮਿਲਿਆ ਕੋਈ? ਨਹੀਂ ਜੀ, ਕੁਛ ਨੀ ਮਿਲਿਆ। ਅੱਜ ਤੱਕ ਮੇਰੀ ਇੰਨੀ ਉਮਰ ਹੋ ਗਈ, ਵੇਖਣ ਤੱਕ ਵੀ ਨੀ ਆਇਆ, ਮਕਾਨ ਵੇਖਣ ਤੱਕ ਵੀ ਨੀ ਆਇਆ ਕੋਈ ਵੀ ਸਰਕਾਰ ਚੋਂ ਬੰਦਾ ਵੀ ਮਕਾਨ ਢੱਠਿਆ ਨਾ ਮਿਲਦਾ, ਪੈਸਾ ਨਹੀਂ ਆਇਆ ਕੋਈ, ਆ ਬਾਰਿਸ਼ਾਂ ਵੀ ਲੰਘ ਗਈਆਂ ਕੋਈ ਨਹੀਂ ਆਇਆ ਵੇਖ। ਅੱਛਾ, ਜਿਹੜਾ ਗੁਜ਼ਾਰਾ ਹੈ ਹੁਣ, ਤੁਸੀਂ ਕੰਮ ਹੁੰਦਾ ਨਹੀਂ ਹੈਗਾ, ਫਿਰ ਰੋਟੀ ਪਾਣੀ ਕਿਵੇਂ ਚੱਲਦਾ ਹੈ, ਜਿਹੜਾ ਮਾੜਾ ਮੋਟਾ ਦਵਾਈ ਬੂਟੀ ਹੈ ਕਿਉਂਕਿ ਆਹ ਉਮਰ ਦੇ ਵਿੱਚ ਲੋੜ ਹੁੰਦੀ ਹੈ, ਫਿਰ ਪੈਸੇ ਦਾ ਕਿਵੇਂ ਸਾਰਦੇ ਹੋ? ਪੈਸੇ ਦੱਸਿਆ ਵੀ ਕਦੀ ਤੇ ਸਾਨੂੰ ਪਟਵਾਰੀ ਸਾਹਿਬ ਦੇ ਦਿੰਦੇ ਨੇ ਪੈਸੇ, ਉਹਨਾਂ ਕੋਲ ਮੈਂ ਜਾ ਕੇ ਜਦੋਂ ਮੰਗਾਂ ਦੇ ਦਿੰਦੇ ਨੇ, ਤੇ ਕਦੀ ਵਿੱਚ ਵਾਰ ਬੇਟਾ ਵੀ 1,000-1,500 ਦੇ ਜਾਂਦਾ, ਬਸ ਆਹ ਗੁਜ਼ਾਰਾ ਚੱਲੀ ਜਾਂਦਾ ਰੋਟੀ ਪਾਣੀ ਦਾ। ਅੱਛਾ, ਜੇ ਕੋਈ ਹੁਣ ਵੀ ਤੁਸੀਂ ਜਿਵੇਂ ਚਾਹ ਦੀ ਟੀ ਸਟਾਲ ਲਾਈ ਹੋਈ ਸੀਗੀ ਲੁਧਿਆਣੇ, ਹੁਣ ਵੀ ਜੇ ਤੁਸੀਂ ਕੰਮ ਖੋਲਣਾ ਚਾਹੁੰਦੇ ਹੋ ਕੋਈ ਤੁਹਾਡੀ ਮਦਦ ਕਰ ਦੇਵੇ ਜਾਂ ਕੋਈ ਇਸ ਤਰ੍ਹਾਂ ਦਾ ਕਰ ਸਕਦੇ ਹੋ ਤੁਸੀਂ ਜਿਹੜਾ ਬਹੁਤਾ ਭਾਰ ਵਾਲਾ ਕੰਮ ਨਾ ਹੋਵੇ? ਕਰ ਸਕਦੇ, ਕਰ ਸਕਦੇ ਅਸੀਂ, ਲੁਧਿਆਣੇ ਵੀ ਅਸੀਂ ਤੋਈ ਕਰਦੇ ਸੀ ਜੀ। ਹਾਂਜੀ, ਤੁਸੀਂ ਇੱਕ ਕੱਪ ਚਾਹ ਦਾ ਮੰਗਿਆ ਤੇ ਤੁਹਾਨੂੰ ਫੜਾ ਕੇ, ਤੁਸੀਂ ਕੋਈ ਕੰਮ ਕਰਦੇ ਹੋ ਤੇ ਚਾਹ ਠੰਡੀ ਹੋ ਗਈ, ਮੈਂ ਦੁਬਾਰਾ ਵੀ ਲੈ ਜਾਂਦਾ ਸੀਗਾ, ਇੰਨੀ ਮਿਹਨਤ ਕਰਦੇ ਸੀ ਅਸੀਂ। ਅੱਛਾ, ਜੇ ਹੁਣ ਇੱਥੇ ਕੋਈ ਇੱਥੇ ਕਿਉਂ ਨਹੀਂ ਕੀਤਾ, ਤੁਹਾਨੂੰ ਲੱਗਦਾ ਵੀ ਇੱਥੇ ਵੀ ਕਰ ਲੈਣਾ ਚਾਹੀਦਾ? ਇੱਥੇ ਠੀਕਾ ਨਹੀਂ ਮਿਲਿਆ, ਪੈਸੇ ਨਹੀਂ, ਨਾ ਠੀਆ ਮਿਲਿਆ ਜੀ, ਨਾ ਹੀ ਮੇਰੇ ਕੋਲ ਪੈਸੇ ਸੀ। ਤੁਹਾਨੂੰ ਮਤਲਬ ਮਾੜਾ ਮੋਟਾ ਜਿਹੜੇ ਸ਼ੁਰੂਆਤ ਕਰਨ ਵਾਸਤੇ ਕੋਈ ਰੇਹੜੀ ਲਾਉਣੀ ਹੈ ਜਾਂ ਕੋਈ ਜਿਹੜਾ ਭਾਂਡੇ ਭੁੰਡੇ ਚਾਹੀਦੇ ਹੁੰਦੇ ਨੇ ਜੋ ਵੀ ਸ਼ੁਰੂ ਵਾਲੇ? ਹਾਂਜੀ, ਉਹ ਚਾਹੀਦੇ ਸੀਗੇ ਤਾਂ ਹੀ ਫਿਰ ਕੰਮ ਨਹੀਂ ਹੋਇਆ। ਜੇ ਤੁਹਾਡੇ ਹੁਣ ਵੀ ਕੋਈ ਮਦਦ ਕਰ ਦੇਵੇ, ਕਿਉਂਕਿ ਬਹੁਤ ਸਾਰੇ ਸਾਡੇ ਲੋਕ ਜਿਹੜੇ ਮਦਦਗਾਰ ਹੁੰਦੇ ਨੇ ਤੁਹਾਡੀ ਕੋਈ ਇਹ ਕੰਮ ਦੇ ਵਿੱਚ ਕਿ ਤੁਹਾਡਾ ਗੁਜ਼ਾਰਾ ਠੀਕ ਢੰਗ ਨਾਲ ਚੱਲ ਜਾਵੇ, ਚਾਹੇ ਚਾਹ ਦਾ ਹੀ ਕੰਮ ਤੁਸੀਂ ਕਰ ਲਓ ਕਿਸੇ ਸ਼ਹਿਰ ਦੇ ਵਿੱਚ ਜਾਂ ਜਗ੍ਹਾ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਕਰ ਲਓਗੇ? ਕਰ ਲਾਂਗੇ ਜੀ, ਹਾਂਜੀ, ਪੱਕਾ ਕਰ ਲਾਂਗੇ। ਹਾਂਜੀ, ਕਿਉਂਕਿ ਚਲੋ ਠੀਕ ਹੈ, ਬੋਝ ਭਾਰ ਵਾਲਾ ਕੰਮ ਤਾਂ ਹੁਣ ਮੁਸ਼ਕਿਲ ਆ ਤੁਹਾਡੇ? ਮੁਸ਼ਕਿਲ, ਹਾਂਜੀ, ਮੈਂ ਨਹੀਂ ਕਰ ਸਕਦਾ ਬੋਝ ਭਾਰ, ਜਿੰਨਾ ਕਰਨਾ ਸੀ ਕਰ ਲਿਆ, ਹੁਣ ਨਹੀਂ ਹੁੰਦਾ, ਹੁਣ ਤਾਂ ਹਲਕਾ ਕੰਮ ਕਰ ਸਕਦੇ ਜੀ। ਅੱਛਾ, ਭੈਣ ਭਰਾ ਹੁਣ ਉਹਨਾਂ ਨੂੰ ਲੱਗਦਾ ਵੀ ਤੁਹਾਡੀ ਮਦਦ ਕਰਨੀ ਚਾਹੀਦੀ ਹੈ ਜਾਂ ਉਹ ਵੀ ਵਿਚਾਰੇ ਤੁਹਾਡੇ ਵਰਗੇ ਹੀ? ਸਾਡੇ ਵਰਗੇ ਨਹੀਂ ਸਾਰੇ, ਅਸੀਂ ਤਿੰਨੇ ਭਾਈ ਹਾਂ, ਬਾਕੀ ਦੋ ਅੰਬਾਲੇ ਸ਼ੌਣੀ ਨੇ, ਉਹ ਵੀ ਨੌਕਰੀ ਪਹਿਲਾਂ ਕਰਦੇ ਸੀਗੇ, ਵੱਡੇ ਭਾਈ ਸਭ ਪੂਰੇ ਹੋ ਗਏ ਸੀ, ਅਤੇ ਇਸ ਤਰ੍ਹਾਂ ਅਸੀਂ ਤਿੰਨੇ, ਬਾਕੀ ਪੰਜ ਭਰਾ ਸਾਡੇ ਬਾਹਰ ਚਲੇ ਗਏ ਸੀਗੇ। ਅੱਛਾ, ਠੰਡ 'ਚ ਹੁਣ ਮੁਸ਼ਕਿਲ ਨਹੀਂ ਹੋਣ ਵਾਲੀ? ਹੁਣ ਠੰਡ ਦਾ ਕੋਈ ਤੱਕ ਹੀ ਨਹੀਂ, ਦਰਵਾਜ਼ਾ ਨਹੀਂ, ਹਵਾ ਮੁਸ਼ਕਿਲ ਹੈ, ਦੋ ਦੋ ਕੰਬਲ ਜੋੜ ਲੈਂਦੇ, ਕੱਪੜੇ ਜੋੜਦੇ ਹਾਂ ਜੀ, ਉਹ ਫਿਰ ਅਸੀਂ ਪੈ ਜਾਂਦੇ, ਮੈਂ ਬਾਹਰ ਪੈਂਦਾ, ਇਹ ਬੱਚੇ ਕਦੀ ਬਾਹਰ ਪੈ ਜਾਂਦੇ, ਕਦੀ ਅੰਦਰ ਪੈ ਜਾਂਦੇ ਨੇ, ਠੰਡ ਆਉਂਦੀ ਇੱਧਰੋਂ ਵੀ ਆਉਂਦੀ, ਇੱਧਰੋਂ ਵੀ ਆਉਂਦੀ ਆ, ਇੱਧਰੋਂ ਵੀ ਆਉਂਦੀ ਆ, ਉਹ ਉੱਪਰ ਵੀ ਟੁੱਟਾ ਹੋਇਆ ਉੱਤੋਂ ਵੀ ਆਉਂਦੀ ਆ, ਪਰ ਫਿਰ ਵੀ ਤੁਸੀਂ ਹੁਣ ਵੀ ਅਸੀਂ ਗੁਜ਼ਾਰਾ ਕਰ ਰਹੇ ਆ। ਹਾਂਜੀ, ਤੁਹਾਨੂੰ ਪਤਾ ਹੀ ਆ ਮਜਬੂਰੀ ਹੈਗੀ ਆ ਤੇ ਫਿਰ ਗੁਜ਼ਾਰਾ ਕਰਨਾ ਹੀ ਆ। ਆਪਸ ਚ ਤੁਹਾਡਾ ਆਪਸ ਚ ਪ੍ਰੇਮ ਪਿਆਰ ਉਵੇਂ ਹੀ ਬਰਕਰਾਰ ਆ, ਕਿਤੇ ਕੋਈ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਚਰਨਜੀਤ ਸਿੰਘ ਜੀ ਵੀ ਆਪਾਂ ਘਰ ਬਣਾ ਨਹੀਂ ਹੋਇਆ ਜਾਂ ਕੁਛ? ਨਹੀਂ ਜੀ, ਇਕੱਠੇ ਹੋ ਹੁਣ ਤੱਕ, ਚਾਹੇ ਜ਼ਿੰਦਗੀ ਦੇ ਵਿੱਚ ਔਖਾ ਸਮਾਂ ਵੀ ਆਇਆ, ਦੇਖੋ ਵੀ ਅਸੀਂ ਆਪ ਨਾਲ ਕੰਮ ਕਰਕੇ ਮਿਹਨਤ ਕਰਕੇ ਇਹਨਾਂ ਨਾਲ ਕੱਟਿਆ ਔਖਾ ਸਮਾਂ, ਜਿਹੜੇ 45-46 ਸਾਲ ਕੰਮ ਕੀਤਾ, ਅਸੀਂ ਕਦੇ ਇੱਕ ਦੂਸਰੇ ਨੂੰ ਨਾਰਾਜ਼ ਨਹੀਂ। ਜਦੋਂ ਮੈਂ ਬਾਹਰ ਪਹਿਨਾ ਤੇ ਇਹ ਮੇਰੇ ਤੇ ਰਾਤ ਨੂੰ ਕੰਬਲ ਦੇਣ ਆਉਂਦੇ, ਜੇ ਮੈਂ ਇੱਕ ਕੰਬਲ ਲੈ ਕੇ ਪਹਿਨਾ ਫਿਰ ਦੂਸਰਾ ਕੇਸ ਚਾਦਰ ਹੋਰ ਉੱਤੇ ਪਾ ਦਿੰਦੇ ਨੇ ਕਿ ਮੈਨੂੰ ਠੰਡ ਨਾ ਲੱਗ ਜਾਏ। ਬਹੁਤ ਸਾਰੇ ਪਰਿਵਾਰਾਂ ਚ ਇਹ ਗੱਲ, ਪਰ ਅਸੀਂ ਦੋਵਾਂ ਨੇ ਨਹੀਂ ਕੀਤਾ। ਅਸੀਂ ਮਿਹਨਤ ਕੀਤੀ, ਜੇ ਚਾਹ ਦੁੱਧ ਦੀ ਦੁਕਾਨ ਕਰਦੇ ਸੀ, ਮੈਂ ਲੋਕਾਂ ਨੂੰ ਚਾਹ ਫੜਾਉਂਦਾ ਸੀ ਤੇ ਇਹ ਚਾਹ ਬਣਾਉਂਦੇ ਸੀਗੇ। ਹਾਂਜੀ, ਜਿਸ ਢੰਗ ਦੇ ਨਾਲ ਕਈ ਵਾਰੀ ਆਪਾਂ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦਾ ਹੈ ਵੀ ਜੀ ਕਿਸਮਤ ਕਰਕੇ ਸ਼ਾਇਦ ਇੱਦਾਂ ਹੋ ਗਿਆ, ਤੁਸੀਂ ਕਿਵੇਂ ਸੋਚਦੇ ਹੋ? ਕਈ ਵਾਰ ਰੱਬ ਦੀ ਵੀ ਗੱਲ ਕਰਦੇ ਹੋ? ਅਸੀਂ ਪਰਮਾਤਮਾ ਤੇ ਜੋ ਵੀ ਰੱਬ ਕਰਦਾ ਠੀਕ ਕਰਦਾ, ਭਰੋਸਾ ਰੱਖਦੇ ਹੋ ਹਜੇ ਵੀ ਰੱਬ ਤੇ? ਹੁਕਮੇ ਅੰਦਰ ਸਭ ਕੁਝ, ਸਾਨੂੰ ਇਹ ਹੁਕਮ ਲਾਇਆ ਕਿ ਮਿਹਨਤ ਮਜ਼ਦੂਰੀ ਕਰਕੇ ਖਾ, ਤੇ ਮੈਂ ਮਿਹਨਤ ਮਜ਼ਦੂਰੀ ਕਰਕੇ ਖਾਧਾ। ਜਾਂ ਜਿਵੇਂ ਹਾਲਾਤਾਂ 'ਚ ਜਿਹੜੇ 'ਚ ਹੋ ਤੁਸੀਂ, ਤੁਹਾਨੂੰ ਲੱਗਦਾ ਵੀ ਠੀਕ ਹੈ ਵੀ ਜਿਹੜੇ ਹਾਲਾਤ 'ਚ ਵੀ ਹੈਗੀਆਂ ਠੀਕ ਹੈ? ਠੀਕ ਹੈ ਜੀ, ਹਾਂਜੀ, ਅਸੀਂ ਦਿਲ ਨਹੀਂ ਛੋਟਾ ਕਰਦੇ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਹੈ। ਕਿਸੇ ਦੀ ਬੜੀ ਕੋਠੀ ਨੂੰ ਦੇਖ ਕੇ ਝੂਰਦੇ ਤਾਂ ਨਹੀਂ ਬਈ ਯਾਰ ਰੱਬ ਨੇ ਇਹਨੂੰ ਇਹ ਕੁਛ ਦੇ? ਨਾ ਜੀ, ਨਾ ਨਾ, ਸਾਹਮਣੇ ਵੱਡੇ ਭਾਈ ਸਾਹਿਬ ਨੇ, ਇਹਨਾਂ ਨੇ 3-4 ਕਮਰੇ ਨੇ, ਅਸੀਂ ਨਹੀਂ ਉੱਧਰ ਜਾ ਕੇ ਬੈਠਦੇ। ਮੈਂ ਆਪਣੇ ਮਨ ਨੂੰ ਸਮਝਾਉਣ ਨਹੀਂ, ਅਸੀਂ ਨਹੀਂ ਚਰਨਜੀਤ ਸਿੰਘ, ਮੈਂ ਆਪੇ ਕਮਾਉਂਗਾ ਤੇ ਕੋਈ ਗੱਲ ਨਹੀਂ, ਉਹ ਉੱਥੇ, ਹਾਂ, ਜਿੱਥੇ ਸਾਨੂੰ ਰੱਬ ਨੇ ਰੱਖਿਆ ਮੈਂ ਉੱਥੇ ਰਹਿਣਾ। ਜੇ ਰੱਬ ਨੇ ਇਹ ਕਮਰੇ 'ਚ ਢੱਠੀ 'ਚ ਬਿਠਾਇਆ ਤੇ ਮੈਂ ਢੱਠੀ ਕਮਰੇ 'ਚ ਰਵਾਂਗਾ।
पर नहीं हुण तुसीं इस ढट्ठे कमरे च नहीं रहोगे, बहुत साडे समाज दे विच बहुत चंगे लोग ने, बहुत मददगार लोग ने, ते जरूर जदों उह तुहाडी इह वीडियो नूं देखणगे तां जरूर तुहाडे तक पहुँच भी करनगे, तुहाडी मदद भी करनगे, क्योंकि इह छत तां सानूं साफ ही दिख रही है भी किसे वेले भी ढह सकदी है, जदों किते बारिश होवे तां इह ढह सकदी है, क्योंकि वाहिगुरू अगे हाथ जोड़ दा कि परमात्मा तू मीह ते हवा ना ले आई। अच्छा। कि असी पहले उत्थे बड़ी वड्डी टाली सी, उहदा खतरा रहिंदा सी कि असी इह टाली साडे मकान ते ना गिर जावे, मकान ना टुट जावे। फिर असी मैं किसे कोल आरा लिआंदा मंग के ते टाली कटते, हुण इह जड़ां तों पट्टणी आ, जड़ तों पट्ट के आ जिहड़ा मूल खड़ा है इहनूं टाने कट दिते, पौड़ी ला के ओनू कट के ओहदा सिर कट दिता। हांजी ਤੇ ਪੁਰਾਣੇ ਜਦੋਂ ਤੁਸੀਂ ਪਹਿਲਾਂ ਕੰਮ ਕਰਦੇ ਸੀਗੇ, ਜਿਵੇਂ ਤੁਸੀਂ ਦੱਸਿਆ ਜਦੋਂ ਜਵਾਨ ਸੀਗੇ, ਤਕੜੇ ਸੀਗੇ, ਬਹੁਤ ਜ਼ੋਰ ਨਾਲ ਕੰਮ ਕੀਤਾ ਉਦੋਂ? ਬੜਾ ਜ਼ੋਰ ਨਾਲ ਜੀ, ਮੈਂ ਹੈਮਰ ਮਾਰਦਾ ਸੀਗਾ। ਅੱਛਾ, ਹੈਮਰ ਮਾਰਦੇ ਸੀ? ਹਾਂਜੀ, ਜਿਹੜੇ ਵੱਡੇ ਵੱਡੇ ਲੋਹੇ ਲੰਬੇ ਹੁੰਦੇ ਨੇ ਉਹਨਾਂ ਨੂੰ ਪਹਿਲੋਂ ਸ਼ੈਣੀ ਨਾਲ ਕੱਟਣਾ, ਫਿਰ ਉੱਤੇ 40 ਕਿਲੋ ਦਾ, 35 ਕਿਲੋ ਦਾ, 20-25 ਕਿਲੋ ਦੇ ਹੈਮਰ ਇਸ ਤਰ੍ਹਾਂ ਉੱਪਰ ਚੱਕਣਾ, ਫਿਰ ਉਹ ਚੀਜ਼ 'ਤੇ ਮਾਰਨਾ, ਉਹ ਫਿਰ ਟੁੱਟ ਜਾਂਦੀ ਸੀ। ਹਾਂਜੀ, ਪਰ ਉਹ ਫਿਰ ਜ਼ਿਆਦਾ ਜ਼ੋਰ ਵਾਲਾ ਕੰਮ ਸੀ, ਬਹੁਤ ਜ਼ਿਆਦਾ ਜ਼ੋਰ ਵਾਲਾ ਸੀ। ਫਿਰ ਉਹ ਛੱਡ ਕੇ ਫਿਰ ਮੈਂ ਟਰੱਕ ਭਰਨਾ ਲੋਹੇ ਦਾ, ਫਿਰ ਖਾਲੀ ਕਰਨਾ, ਜਿਵੇਂ ਮਾਨਸਾ ਹੈ, ਬਠਿੰਡਾ, ਸਾਰੇ ਪਹਿਲੋਂ ਅੱਜ ਭਰਿਆ ਟਰੱਕ, ਫਿਰ ਰਾਤ ਰਾਤ ਬਠਿੰਡੇ ਪਹੁੰਚ ਗਿਆ, ਮਾਨਸਾ ਪਹੁੰਚ ਗਿਆ, ਨਾਭੇ ਪਟਿਆਲੇ ਪਹੁੰਚ ਗਿਆ, ਜਿੱਥੇ ਦੇ ਵੀ ਤੁਸੀਂ ਬਠਿੰਡੇ ਤੋਂ ਆਇਓ ਜਾਂ ਮਾਨਸਾ ਤੋਂ ਆਇਓ, ਨਾਭੇ ਤੋਂ, ਪਟਿਆਲੇ ਤੋਂ ਆਇਓ, ਅਤੇ ਤੁਹਾਡਾ ਮਾਲ ਉੱਥੇ ਪਹੁੰਚਦਾ ਕਰਨਾ, ਲਾ ਕੇ ਆਉਣਾ, ਤੁਹਾਡੇ ਗੋਦਾਮ 'ਚੋਂ ਸੁੱਟ ਕੇ ਆਉਣਾ। ਫਿਰ ਰਾਤ ਲੰਘ ਜਾਂਦੀ ਸੀ, ਦਿਨੇ ਤੜਕੇ 5-4 ਵਜੇ ਖਾਲੀ ਹੁੰਦਾ ਸੀ, ਮੂੰਹ ਹੱਥ ਧੋ ਕੇ ਆਪਣੇ ਕੱਪੜੇ ਪਾ ਕੇ ਸਾਫ਼, ਅਤੇ ਗੱਡੀ 'ਚ ਬਹਿ ਜਾਂਦੇ। ਇਮਾਨਦਾਰੀ ਨਾਲ ਬਹੁਤ ਮਿਹਨਤ ਕੀਤੀ। ਹਾਂਜੀ, ਅਸੀਂ 5-4 ਬੰਦਿਆਂ ਦਾ ਗਰੁੱਪ ਹੁੰਦਾ ਸੀ, ਦੋ ਗੱਡੀ ਦੇ ਮਾਲਕ ਹੁੰਦੇ ਸੀ, ਉਹ ਸਾਨੂੰ ਰੋਟੀ ਪਾਣੀ ਖਵਾਉਣਾ ਅਤੇ ਚਾਹ ਪਾਣੀ ਪਿਆਉਣਾ, ਉਹਨਾਂ ਦਾ ਕੰਮ ਬੜੇ ਅੱਛੀ ਤਰ੍ਹਾਂ। ਪਰ ਮਹਿੰਗਾਈ ਇੰਨੀ ਸੀਗੀ ਕਿ ਤੁਸੀਂ ਪੈਸੇ ਜੋੜ ਨਹੀਂ ਸਕੇ ਹੈਗੇ? ਨਹੀਂ ਜੀ, ਮਹਿੰਗਾਈ ਬਹੁਤ ਸੀਗੀ, ਕਿਉਂਕਿ ਕਿਰਾਇਆ ਦੇਣਾ ਜਾਂ ਹੋਰ ਕਿਰਾਇਆ ਦੇਣਾ, ਹਾਂ, ਕੁਛ ਨਹੀਂ ਕਰ ਸਕੇ ਜੀ। ਇਹ ਮਕਾਨ ਵੀ ਅਸੀਂ ਦੋਵਾਂ ਦੀ ਹਿੰਮਤ ਨਾਲ ਬਣ ਗਿਆ ਸੀ ਜੀ। ਹਾਂਜੀ, ਇਹ ਮਕਾਨ ਵੀ ਤੁਸੀਂ ਆਪਣੇ ਜਿਹੜੇ ਪੈਸੇ ਜੋੜੇ ਉਹਦੇ ਨਾਲ ਬਣਾ ਲਿਆ ਸੀ? ਹਾਂਜੀ, ਪਰ ਤੁਸੀਂ ਫਿਰ ਇੱਥੇ ਰਹੇ ਨਹੀਂ, ਪਰ ਤੁਸੀਂ ਲੁਧਿਆਣੇ ਚਲੇ ਗਏ? ਹਾਂਜੀ, ਲੁਧਿਆਣੇ ਛਾ ਕੇ ਸ਼ਿਫਟ ਕਰ ਲਿਆ ਮੈਂ। ਲੋਕਡਾਊਨ ਨੇ ਲੱਕ ਤੋੜਤਾ ਅਸਲ ਦੇ ਵਿੱਚ? ਹਾਂਜੀ ਹਾਂਜੀ, ਉਦੋਂ ਕੰਮ ਰੁਕ ਗਿਆ। ਹਾਂਜੀ, ਕੰਮ ਰੁਕ ਗਿਆ ਜੀ। ਹਾਂਜੀ, ਕੰਮ ਚੱਲਿਆ ਨਹੀਂ। ਅੱਛਾ, ਕਦੇ ਇਹ ਵੀ ਹੋਇਆ ਵੀ ਭੁੱਖੇ ਪੇਟ ਸੌਣਾ ਪੈ ਗਿਆ ਜਾਂ ਕਦੇ ਰੋਟੀ ਮਿਲੀ ਨਹੀਂ, ਕਦੇ ਹੋ ਜਾਂਦਾ ਇੱਦਾਂ? ਇੱਥੋਂ ਤੱਕ ਨਹੀਂ ਨੌਬਤ ਪਹੁੰਚੀ ਕਿ ਅਸੀਂ ਜਿੱਥੋਂ ਕੰਮ ਕਰਦੇ ਸੀ ਜੀ, ਉਹਨੇ ਸਰਦਾਰ ਨੇ ਜਾਂ ਬਾਬੂ ਨੇ ਪੈਸੇ, ਚਲੋ ਬਾਬੂ ਜੀ ਤੁਸੀਂ ਐਂ ਕਰੋ ਵੀ ਘੱਟ ਦੇ ਦਿਓ, ਜ਼ਰੂਰ ਦੇਵੋ ਪਏ ਵੀ ਸਾਡੇ ਸੌਦੇ ਪੱਤੇ ਦੀ। ਜਿਵੇਂ ਇੱਥੇ ਹੁਣ ਇੱਥੇ ਤੁਸੀਂ ਗੁਜ਼ਾਰਾ ਕਰਦੇ ਹੋ, ਕਈ ਵਾਰੀ ਚਟਨੀਆਂ ਰੋਟੀ ਖਾ ਲਈ ਜਾਂ ਕੁਛ ਇੱਦਾਂ ਇੱਦਾਂ ਹੋ ਜਾਂਦਾ? ਹਾਂਜੀ ਹਾਂਜੀ, ਹੋ ਜਾਂਦੇ। ਜਿਵੇਂ ਦੀ ਜਿਵੇਂ ਦੇ ਹਾਲਾਤ ਨੇ ਉਵੇਂ ਤੁਸੀਂ ਢਾਲ ਲਿਆ ਆਪਣੇ ਆਪ। ਹਾਂਜੀ, ਚਲੋ, ਪਰ ਮਿਹਰ ਹੋਊਗੀ ਜ਼ਰੂਰ। ਕਹਿੰਦੇ ਨੇ ਵੀ ਪਰਮਾਤਮਾ ਦੇ ਘਰ ਦੇ ਵਿੱਚ ਦੇਰ ਹੈ, ਹਨੇਰ ਨਹੀਂ ਹੈਗਾ, ਹੈ ਨਾ, ਤਾਂ ਜ਼ਰੂਰ ਤੁਹਾਡੀ ਮਦਦ ਹੋਊਗੀ। ਅਤੇ ਇਹ ਕਹਾਣੀ ਜਿਹੜੀ ਹੈ ਚਰਨਜੀਤ ਸਿੰਘ ਹੋਰਾਂ ਦੀ ਅਤੇ ਇਹਨਾਂ ਦੀ ਧਰਮ ਪਤਨੀ ਦੀ ਹੈ, ਤੁਸੀਂ ਦੇਖਿਆ ਕਿ ਕਿਸ ਢੰਗ ਦੇ ਨਾਲ ਇਸ ਮਕਾਨ ਦੇ ਵਿੱਚ ਇਹ ਰਹਿੰਦੇ ਨੇ। ਇੱਕ ਕਮਰਾ ਹੈ, ਨਾ ਕੋਈ ਰਸੋਈ, ਨਾ ਕੋਈ ਬਾਥਰੂਮ, ਨਾ ਕੋਈ ਟੋਇਲਟ, ਛੱਤ ਡਿੱਗਣ ਵਾਲੀ ਹੈ, ਕੰਧਾਂ ਜਿਹੜੀਆਂ ਨੇ ਉਹ ਜਰਜਰ ਹੋ ਚੁੱਕੀਆਂ ਨੇ, ਨਾ ਕੋਈ ਦਰਵਾਜ਼ਾ ਹੈ, ਨਾ ਕੋਈ ਤਾਕੀ ਹੈ, ਪਰ ਫਿਰ ਵੀ ਇਹ ਹਾਲੇ ਵੀ ਸ਼ੁਕਰਾਨਾ ਵਾਹਿਗੁਰੂ ਦਾ ਕਰਦੇ ਨੇ ਕਿ ਜਿੱਥੇ ਉਹਨੇ ਰੱਖਿਆ ਹੈ ਉਹ ਸਹੀ ਹੈ, ਅਤੇ ਜ਼ਰੂਰ ਆਉਣ ਵਾਲਾ ਸਮਾਂ ਇਹਨਾਂ ਦਾ ਬਦਲੂਗਾ ਜ਼ਰੂਰ। ਭਾਵੇਂ ਇਹਨਾਂ ਨੇ ਸਾਰੀ ਉਮਰ ਮਿਹਨਤ ਮਜ਼ਦੂਰੀ ਕੀਤੀ ਹੈ, ਚਾਹੇ ਉਹ ਲੋਹੇ ਦੇ ਕੰਮ ਦੀ ਗੱਲ ਹੋਵੇ, ਚਾਹੇ ਲੁਧਿਆਣੇ ਦੇ ਵਿੱਚ 20 ਸਾਲ ਚਾਹ ਦਾ ਕੰਮ ਕੀਤਾ, ਇਹਨਾਂ ਦੀ ਧਰਮ ਪਤਨੀ ਫੈਕਟਰੀ ਦੇ ਵਿੱਚ ਕੰਮ ਕਰਦੇ ਰਹੇ, ਬੱਚਾ ਵੀ ਹੁਣ ਡਰਾਈਵਰ ਆ, ਆਪਣੇ ਅੱਗੇ ਪਰਿਵਾਰ ਵੀ ਪਾਲਦਾ, ਇਹਨਾਂ ਦੀ ਵੀ ਮਦਦ ਕਰਦਾ। ਪਰ ਕਿਉਂਕਿ ਮਹਿੰਗਾਈ ਇੰਨੀ ਹੈ, ਆਰਥਿਕਤਾ ਜਿਹੜੀ ਹੈ ਇੰਨੀ ਮਾੜੀ ਹੋ ਚੁੱਕੀ ਹੈ, ਜਿਹੜਾ ਅਮੀਰ ਆ ਉਹ ਹੋਰ ਅਮੀਰ ਹੋ ਰਿਹਾ, ਜਿਹੜਾ ਗਰੀਬ ਆ ਉਹ ਹੋਰ ਗਰੀਬ ਹੋ ਰਿਹਾ। ਇਸੇ ਕਰਕੇ ਸਾਡੀ ਤਾਂ ਅਪੀਲ ਇਹੀ ਹੈ ਕਿ ਜ਼ਰੂਰ ਜਿਹੜੇ ਸਮਾਜ ਦੇ ਵਿੱਚ ਚੰਗੇ ਬੰਦੇ ਨੇ, ਜਿਹੜੀਆਂ ਸੰਸਥਾਵਾਂ ਨੇ, ਉਹ ਜ਼ਰੂਰ ਇਸ ਪਰਿਵਾਰ ਦੀ ਮਦਦ ਕਰਨ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ, ਪਿੰਡ ਖੁੰਮਣਾ।